ਬਹੁਤ ਸਵਾਗਤ ਹੈ ਜੀ। ਮੈਂ ਹਾਂ ਸੁਰਿੰਦਰ ਡੱਲਾ ਔਰ ਮੇਰੇ ਨਾਲ ਪੰਜਾਬ ਦੇ ਮੰਨੇ ਪ੍ਰਮੰਨੇ ਕੰਸਲਟੈਂਟ ਪ੍ਰਿਥੀਪਾਲ ਸਿੰਘ ਗਿੱਲ ਸਾਹਿਬ ਮੇਰੇ ਨਾਲ ਮੌਜੂਦ ਨੇ। ਔਰ ਵਿਸ਼ਾ ਰਹੇਗਾ ਕਿ ਕੈਨੇਡਾ ਦੇ ਵਿੱਚ ਖਾਸ ਤੌਰ 'ਤੇ ਪਾਰਟ ਟਾਈਮ ਜੋਬਸ ਦਾ ਸੱਚ ਕੀ ਹੈ। ਜਿਹੜੇ ਵਿਦਿਆਰਥੀ ਉੱਥੇ ਪੜ੍ਹਨ ਜਾਂਦੇ ਨੇ, ਪੜ੍ਹਾਈ ਤੋਂ ਬਾਅਦ ਉਹ ਕੰਮ ਕਰ ਸਕਦੇ ਨੇ ਕੈਨੇਡਾ 'ਚ, ਇੱਕ ਮਹੀਨੇ 'ਚ ਵਿਦਿਆਰਥੀ ਕਾਨੂੰਨੀ ਤੌਰ 'ਤੇ ਕਿੰਨੇ ਘੰਟੇ ਕੰਮ ਕਰ ਸਕਦੇ ਨੇ, ਕਿੰਨਾ ਕੁ ਪੈਸਾ ਉਹਨਾਂ ਨੂੰ ਮਿਲਦਾ ਹੈ, ਇਹ ਸਾਰੀਆਂ ਸੱਚਾਈਆਂ ਅੱਜ ਫਰੋਲਣਗੇ ਪ੍ਰਿਥੀਪਾਲ ਸਿੰਘ ਗਿੱਲ ਸਾਹਿਬ, ਜਿਹੜੇ ਮੈਂਬਰ ਵੀ ਨੇ ICCRC ਦੇ ਔਰ ਫਿਰ ਦੁਬਾਰਾ ਕੈਨੇਡਾ ਜਾਣ ਵਾਲੇ ਨੇ, ਉੱਥੇ ਜਾ ਕੇ ਫਿਰ ਰਿਸਰਚ ਕਰਨਗੇ, ਫਿਰ ਵਾਪਸ ਆਉਣਗੇ। ਗਿੱਲ ਸਾਹਿਬ ਕੈਨੇਡਾ ਹੋਣਗੇ ਅਤੇ ਅਸੀਂ ਕੈਨੇਡਾ ਤੋਂ ਵੀ ਲਾਈਵ ਹੋ ਕੇ ਸ਼ੋਅ ਲਗਾਤਾਰ ਜਾਰੀ ਰੱਖਾਂਗੇ ਗਿੱਲ ਸਾਹਿਬ ਦੇ ਨਾਲ। ਗਿੱਲ ਸਾਹਿਬ, ਇਹ ਮੈਂ ਜਾਣਨਾ ਚਾਹੁੰਦਾ, ਸੱਚ ਹੈ ਕੀ ਹੈ ਪਾਰਟ ਟਾਈਮ ਨੌਕਰੀਆਂ ਦਾ ਕੈਨੇਡਾ ਦੇ ਵਿੱਚ? ਹਾਂਜੀ, ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਕੈਨੇਡਾ ਦੇ ਵਿੱਚ ਸਟੂਡੈਂਟਸ ਲਈ ਪਾਰਟ ਟਾਈਮ ਨੌਕਰੀਆਂ ਕਾਫੀ ਅਵੇਲੇਬਲ ਨੇ। ਹਾਂ, ਖਾਸ ਤੌਰ 'ਤੇ ਅਗਰ ਆਪਾਂ ਅਪ੍ਰੈਲ ਤੋਂ ਦੇਖੀਏ, ਅਪ੍ਰੈਲ ਤੋਂ ਲੈ ਕੇ ਨਵੰਬਰ ਦੇ ਐਂਡ ਤੱਕ ਕਾਫੀ ਜੋਬਸ ਅਵੇਲੇਬਲ ਹੁੰਦੀਆਂ ਨੇ ਕੈਨੇਡਾ ਦੇ ਵਿੱਚ ਪਾਰਟ ਟਾਈਮ ਜੋਬ ਸਟੂਡੈਂਟ ਲਈ। ਡਿਸੰਬਰ ਦੇ ਵਿੱਚ ਅਗੇਨ, ਕਿਉਂਕਿ ਕ੍ਰਿਸਮਸ ਹੁੰਦੀ ਹੈ, ਉਦੋਂ ਵੀ ਪਾਰਟ ਟਾਈਮ ਓਪਰਚੁਨਿਟੀਜ਼ ਕਾਫੀ ਗਰੋ ਹੁੰਦੀਆਂ ਨੇ ਸਟੂਡੈਂਟਸ ਲਈ, ਔਰ ਉਸ ਟਾਈਮ 'ਤੇ ਤਾਂ ਸਟੂਡੈਂਟਸ ਨੂੰ ਕਾਫੀ ਐਕਸਟਰਾ ਪੈਸੇ ਵੀ ਮਿਲ ਜਾਂਦੇ ਨੇ। ਪਰ ਆਮ ਤੌਰ 'ਤੇ ਜਿਹੜਾ ਇੱਕ ਹੈਗਾ ਵਾ ਸਾਡਾ ਨੋਸ਼ਨ, ਇਹ ਹੈ ਥੋੜ੍ਹਾ ਜਿਹਾ ਕਿ ਸ਼ਾਇਦ ਕੈਨੇਡਾ ਦੇ ਕੁਛ ਹੀ ਇਲਾਕਿਆਂ ਵਿੱਚ ਪਾਰਟ ਟਾਈਮ ਜੋਬਸ ਅਵੇਲੇਬਲ ਨੇ। ਇਹਦੇ 'ਚ ਕੋਈ ਦੋ ਰਹਿ ਨਹੀਂ, ਜਿਹੜੇ ਤਿੰਨ ਵੱਡੇ ਸ਼ਹਿਰ ਨੇ, ਟੋਰਾਂਟੋ, ਮੋਂਟਰੀਅਲ, ਵੈਂਕੂਵਰ, ਇਹਨਾਂ 'ਚ ਤਾਂ ਓਪਰਚੁਨਿਟੀ ਹੈਗੀ ਆ। ਇਸ ਤੋਂ ਇਲਾਵਾ ਹੋਰ ਵੀ ਜਿਹੜੇ ਕੈਨੇਡਾ ਛੋਟੇ ਹਿੱਸੇ ਵੀ ਨੇ, ਉਹਨਾਂ 'ਚ ਵੀ ਬਹੁਤ ਸਾਰੀਆਂ ਜੋਬ ਓਪਰਚੁਨਿਟੀਜ਼ ਅੱਜ ਦੀ ਡੇਟ ਦੇ ਵਿੱਚ ਕੈਨੇਡਾ ਦੇ ਵਿੱਚ ਸਟੂਡੈਂਟਸ ਲਈ ਖਾਸ ਤੌਰ 'ਤੇ ਪਾਰਟ ਟਾਈਮ ਬੇਸਿਸ 'ਤੇ ਜਦ ਉਹ ਪੜ੍ਹਾਈ ਕਰਦੇ ਨੇ ਨਾਲ ਦੀ ਨਾਲ, 'ਤੇ ਕਾਫੀ ਜਗ੍ਹਾ 'ਤੇ ਅਵੇਲੇਬਲ ਹੈਗੀਆਂ ਨੇ। ਚਲੋ, ਕਿਸ ਕਿਸ ਤਰ੍ਹਾਂ ਦੀਆਂ ਪਾਰਟ ਟਾਈਮ ਜੋਬਸ ਹੁੰਦੀਆਂ ਨੇ ਗਿੱਲ ਸਾਹਿਬ, ਇਹ ਵੀ ਬੜਾ ਇੰਪੋਰਟੈਂਟ ਕੰਸਰਨ ਹੈ, ਨੇਚਰ ਆਫ ਜੋਬ ਜਿਹਨੂੰ ਆਪਾਂ ਕਹਿੰਦੇ ਹਾਂ। ਹਾਂਜੀ, ਨੇਚਰ ਆਫ ਜੋਬ ਜਿਹੜੀ ਮਿਲਦੀ ਹੈ ਸਟੂਡੈਂਟ ਨੂੰ, ਆਮ ਤੌਰ 'ਤੇ ਸਟੂਡੈਂਟਸ ਨੂੰ ਅਗਰ ਆਪਾਂ ਦੇਖੀਏ ਵੇਅਰ ਹਾਊਸਿਸ ਦੇ ਵਿੱਚ, ਫੈਕਟਰੀਜ਼ ਦੇ ਵਿੱਚ, ਇਹ ਵੇਅਰ ਹਾਊਸਿਸ ਫੈਕਟਰੀਜ਼ ਆਮ ਤੌਰ 'ਤੇ ਵੱਡੇ ਸ਼ਹਿਰਾਂ 'ਚ ਜ਼ਿਆਦੀਆਂ ਨੇ, ਇੱਥੇ ਮਿਲਦੀਆਂ ਨੇ। ਐਮਾਜ਼ੋਨ ਦੇ ਬਹੁਤ ਸਾਰੇ ਵੇਅਰ ਹਾਊਸਿਸ ਇਸ ਟਾਈਮ 'ਤੇ ਹੈਗੇ ਨੇ, ਹੋਰ ਵੀ ਬੜੇ ਬੜੀਆਂ ਔਰਗਨਾਈਜੇਸ਼ਨਸ ਹੈਗੀਆਂ, ਬੜੀਆਂ ਬੜੀਆਂ ਕੰਪਨੀ ਜਿੱਥੇ ਤੁਹਾਨੂੰ ਜੋਬ ਪਾਰਟ ਟਾਈਮ ਜੋਬਸ ਮਿਲ ਜਾਂਦੀਆਂ ਨੇ। ਇਸ ਤੋਂ ਇਲਾਵਾ ਸਟੂਡੈਂਟ ਨੂੰ ਜਿਹੜੇ ਆਪਣੇ ਈਟਿੰਗ ਜੁਆਇੰਟਸ ਨੇ, ਜਿਹਨੂੰ ਆਪਾਂ ਰੈਸਟੋਰੈਂਟਸ ਕਹਿ ਦਿੰਦੇ, ਜਿਹਨਾਂ 'ਚ ਮੈਕਡੋਨਲ ਆ ਗਿਆ ਤੁਹਾਡਾ, KFC ਆ ਗਿਆ, ਪੀਜ਼ਾ ਹੱਟ ਆ ਗਈ, ਇੱਦਾਂ ਦੇ ਹੋਰ ਬਹੁਤ ਸਾਰੇ ਰੈਸਟੋਰੈਂਟ ਨੇ, ਆਪਾਂ ਤਾਂ 3-4 ਦਾ ਨਾਮ ਹੀ ਜਾਣਦੇ ਹਾਂ ਜਿਹੜੇ ਇੰਡੀਆ 'ਚ ਇਸ ਟਾਈਮ 'ਤੇ ਆਏ ਨੇ। ਕੈਨੇਡਾ ਦੇ ਵਿੱਚ ਤਾਂ ਇਹ ਬਹੁਤ ਤਰ੍ਹਾਂ ਦੇ ਰੈਸਟੋਰੈਂਟਸ ਹੈਗੇ ਨੇ, ਟਿਮ ਹੋਟਨਸ ਇੱਕ ਬੜਾ ਫੇਮਸ ਰੈਸਟੋਰੈਂਟ ਆ ਉੱਥੇ। ਇੱਥੇ ਪਾਰਟ ਟਾਈਮ ਜੋਬ ਓਪਰਚੁਨਿਟੀਜ਼ ਖਾਸ ਤੌਰ 'ਤੇ ਸਟੂਡੈਂਟਸ ਲਈ ਬਹੁਤ ਅਵੇਲੇਬਲ ਹੁੰਦੀਆਂ ਨੇ, ਔਰ ਸਟੂਡੈਂਟ ਨੂੰ ਤਰਜੀਹ ਦਿੱਤੀ ਜਾਂਦੀ ਹੈ ਹਮੇਸ਼ਾ ਹੀ ਰੈਸਟੋਰੈਂਟਸ ਦੇ ਵਿੱਚ ਜਿਹੜੇ ਈਟਿੰਗ ਜੁਆਇੰਟਸ ਨੇ, ਇਹਨਾਂ ਦੇ ਵਿੱਚ ਬਹੁਤ ਸਾਰਿਆਂ ਦੇ ਓਪਰਚੁਨਿਟੀਜ਼ ਮਿਲਦੀਆਂ ਨੇ। ਇਸ ਤੋਂ ਇਲਾਵਾ ਜਿਹੜੇ ਉਹਨਾਂ ਦੇ ਵੱਡੇ ਸਟੋਰ ਨੇ, ਆਪਾਂ ਜਿੱਦਾਂ ਗੱਲ ਕਰੀਏ ਜਿਨ੍ਹਾਂ ਵਿੱਚ ਤੁਹਾਡੇ ਈਵਨ ਫੈਸ਼ਨ ਵਾਲੇ ਹੋਣ, ਮਰਚੈਂਡਾਈਜ਼ਿੰਗ ਹੋਣ, ਜਾਂ ਕੱਪੜਿਆਂ ਵਾਲੇ ਸਟੋਰਸ ਹੋਣ, ਔਰ ਗਰੋਸਰੀ ਸਟੋਰ ਜਿਹੜੇ ਹੈਗੇ ਨੇ, ਉਹਨਾਂ 'ਚ ਬੱਚਿਆਂ ਨੂੰ ਆਪਣੇ ਨੂੰ ਓਪਰਚੁਨਿਟੀਜ਼ ਬਹੁਤ ਮਿਲਦੀਆਂ ਨੇ। ਇੰਡੀਅਨ ਗਰੋਸਰੀ ਸਟੋਰਸ ਵੀ ਹੈਗੇ ਨੇ। ਇਸ ਤੋਂ ਇਲਾਵਾ ਜਿਹੜੇ ਪਾਪੂਲਰ ਗੋਰਿਆਂ ਦੇ ਆਪਾਂ ਜਿਹੜੇ ਕੈਨੇਡੀਅਨ ਦੇ ਗਰੋਸਰੀ ਸਟੋਰਸ ਨੇ, ਉਹਨਾਂ ਵਿੱਚ ਵੀ ਪਾਰਟ ਟਾਈਮ ਜੋਬ ਓਪਰਚੁਨਿਟੀਜ਼ ਸਟੂਡੈਂਟਸ ਲਈ ਬਹੁਤ ਤਰ੍ਹਾਂ ਦੀ ਰਹਿੰਦੀਆਂ ਨੇ। ਜਿਹੜੇ ਲੋਕਲ ਬਿਜ਼ਨਸਿਸ ਨੇ ਉੱਥੇ, ਜਿਨ੍ਹਾਂ ਵਿੱਚ ਆਪਣੇ ਇੰਡੀਅਨ ਲੋਕਾਂ ਦੇ ਬਹੁਤ ਤਰ੍ਹਾਂ ਦੇ ਬਿਜ਼ਨਸਿਸ ਨੇ, ਉਹਨਾਂ ਵਿੱਚ ਵੀ ਪਾਰਟ ਟਾਈਮ ਜੋਬ ਓਪਰਚੁਨਿਟੀਜ਼, ਉਹ ਬਿਜ਼ਨਸ ਬੜੇ ਵਰਾਇਟੀ ਦੇ ਬਿਜ਼ਨਸਿਸ ਹੈਗੇ ਨੇ, ਉਹਨਾਂ ਵਿੱਚ ਵੀ ਪਾਰਟ ਟਾਈਮ ਜੋਬ ਓਪਰਚੁਨਿਟੀਜ਼ ਕਾਫੀ ਰਹਿੰਦੀਆਂ ਨੇ। ਕੰਸਟਰਕਸ਼ਨ ਸਾਈਟਸ ਦੇ ਉੱਪਰ ਵੀ ਪਾਰਟ ਟਾਈਮ ਜੋਬਸ ਨੇ, ਹਾਲਾਂਕਿ ਥੋੜ੍ਹੀ ਜਿਹੀ ਡਿਫੀਕਲਟ ਜੋਬ ਹੁੰਦੀ ਹੈ ਕੰਸਟਰਕਸ਼ਨ ਵਾਲੀ, ਥੋੜ੍ਹੀ ਮਿਹਨਤ, ਜ਼ਿਆਦਾ ਮਿਹਨਤ ਕਰਨ ਵਾਲੀ ਜੋਬ ਹੁੰਦੀ ਹੈ, ਉੱਥੇ ਵੀ ਸਾਡੇ ਸਟੂਡੈਂਟਸ ਲਈ ਪਾਰਟ ਟਾਈਮ ਜੋਬ ਓਪਰਚੁਨਿਟੀਜ਼ ਕਾਫੀ ਰਹਿੰਦੀਆਂ ਨੇ ਸਾਡੇ ਸਟੂਡੈਂਟਸ ਤੋਂ ਇਲਾਵਾ। ਹੋਰ ਵੀ ਬੜੇ ਈਵਨ ਟਰੱਕਿੰਗ ਇੰਡਸਟਰੀ ਵਿੱਚ ਵੀ ਅੱਜ ਡੇਟ ਸਟੂਡੈਂਟ ਕਾਫੀ ਜਾਂਦਾ ਵਾ, ਹਾਲਾਂਕਿ ਮੈਂ ਨਹੀਂ ਕਹਿੰਦਾ ਕਿ ਸਟੂਡੈਂਟ, ਜਦ ਤੱਕ ਤੁਸੀਂ ਸਟੂਡੈਂਟ ਲਾਈਫ 'ਚ ਹੈਗੇ ਹੋ ਉਸ ਪਾਸੇ ਜਾਓ ਤੁਸੀਂ, ਕਿਉਂਕਿ ਥੋੜ੍ਹੀ ਡਿਮਾਂਡਿੰਗ ਹੁੰਦੀ ਆ ਪੜ੍ਹਾਈ, ਨਾਲ ਤੁਹਾਡਾ ਕੰਪਰੋਮਾਈਜ਼ ਨਾ ਹੋਵੇ ਕਿਸੇ ਤਰ੍ਹਾਂ ਨਾਲ। ਅਦਰਵਾਈਜ਼ ਪਾਰਟ ਟਾਈਮ ਜੋਬ ਓਪਰਚੁਨਿਟੀਜ਼ ਕੈਨੇਡਾ ਦੇ ਵਿੱਚ ਹੁਣ ਆਲਮੋਸਟ ਹਰ ਸੈਕਟਰ ਦੇ ਵਿੱਚ ਸਟੂਡੈਂਟਸ ਲਈ ਕਾਫੀ ਅਵੇਲੇਬਲ ਹੈਗੀਆਂ ਨੇ, ਕਾਫੀ ਅਵੇਲੇਬਲ ਹੈਗੀਆਂ ਨੇ। ਚਲੋ, ਕਿਉਂਕਿ ਪਾਰਟ ਟਾਈਮ ਜੋਬਸ ਨੂੰ ਲੈ ਕੇ ਬਹੁਤ ਜ਼ਿਆਦਾ ਕਨਫਿਊਜ਼ਨ ਵਾਲੀ ਸਥਿਤੀ ਰਹਿੰਦੀ ਸੀ। ਗਿੱਲ ਸਾਹਿਬ, ਬਹੁਤ ਸਾਰੇ ਵਿਦਿਆਰਥੀ ਨੇ, ਪੰਜਾਬੀ ਜਿਹੜੇ ਸਾਡੇ ਨੇ, ਉਹਨਾਂ ਨੂੰ ਹੁੰਦਾ ਵੀ ਸਾਡੇ ਮਾਂ ਬਾਪ ਨੇ ਕਰਜ਼ਾ ਵੀ ਲਿਆ, ਕਿਸੇ ਨੇ ਜ਼ਮੀਨ ਵੇਚੀ, ਕਿਸੇ ਨੇ ਕਿਲਾ ਵੇਚਤਾ, ਕਿਸੇ ਨੇ ਕੋਠੀ ਮਕਾਨ ਵੇਚਤਾ। ਸਟੂਡੈਂਟਸ ਨੂੰ ਹੁੰਦਾ ਕਿ ਚਲੋ ਅਸੀਂ ਜਿੰਨੀ ਵੱਧ ਤੋਂ ਵੱਧ ਆਪਣੇ ਪੱਧਰ ਦੇ ਉੱਤੇ ਅਸੀਂ ਉੱਥੋਂ ਇਨਕਮ ਜਨਰੇਟ ਕਰ ਲਈਏ ਤਾਂ ਕਿ ਮਾਂ ਬਾਪ 'ਤੇ ਬੋਝ ਨਾ ਪਾਈਏ। ਵਿਦਿਆਰਥੀ ਜ਼ਿਆਦਾ ਘੰਟੇ ਕੰਮ ਕਰ ਜਾਂਦੇ ਨੇ ਉੱਥੇ ਆਮ ਤੌਰ 'ਤੇ, ਮੈਂ ਦੇਖਦਾ ਇਹਦੇ ਸਾਈਡ ਇਫੈਕਟ ਕੀ ਨੇ, ਅਤੇ ਉੱਥੇ ਇਸ ਬਾਰੇ ਕਾਨੂੰਨ ਕਿਹੋ ਜਿਹੇ? ਹਾਂਜੀ, ਮੈਂ ਤਾਂ ਵੀ ਆਉਣਾ, ਪਲੀਜ਼ ਮੈਂ ਇਹ ਵੀ ਚਾਹੂੰਗਾ ਕਿ ਤੁਸੀਂ ਮੈਨੂੰ ਇਹ ਅਗਲਾ ਸਵਾਲ ਵੀ ਜ਼ਰੂਰ ਪੁੱਛੋ, ਉੱਥੇ ਕਮਾਈ ਕੀ ਹੈ? ਕਮਾਈ, ਮੈਂ ਬਿਲਕੁਲ, ਕਮਾਈ ਕਿੰਨੀ ਆ ਉਹ ਤਾਂ ਵੱਡਾ ਸਵਾਲ ਹੈਗਾ ਹੀ ਹੈ। ਔਰ ਬਹੁਤ ਬੱਚਿਆਂ ਨੂੰ ਜੋਬਸ ਨਹੀਂ ਮਿਲਦੀਆਂ, ਕਿਉਂ ਨਹੀਂ ਮਿਲਦੀਆਂ, ਕੀ ਰੀਜ਼ਨ ਨੇ, ਮੈਂ ਇਹਦੇ 'ਤੇ ਵੀ ਆਉਣਾ ਚਾਹੁੰਦਾ ਹਾਂ। ਬਿਲਕੁਲ ਠੀਕ। ਹਾਂ, ਜਿਹੜਾ ਤੁਸੀਂ ਇਹ ਸਵਾਲ ਕੀਤਾ ਕਿ ਉੱਥੇ ਬੱਚਿਆਂ ਨੂੰ ਦੇਖੋ 20 ਘੰਟੇ ਮਿਲਦੇ ਨੇ, ਜਿਹੜੀ ਗਵਰਨਮੈਂਟ ਕਹਿੰਦੀ ਹੈ ਕਾਨੂੰਨ ਦੇ ਹਿਸਾਬ ਨਾਲ, ਪਰ ਵੀਕ 20 ਆਵਰਸ ਪਰ ਵੀਕ ਤੁਸੀਂ
ਪਾਰਟ ਟਾਈਮ ਜੋਬ ਕਰ ਸਕਦੇ ਹੋ। ਪਾਰਟ ਟਾਈਮ ਜੋਬ ਦੀ ਜਿਹੜੀ ਫੈਸਿਲਿਟੀ ਦਿੱਤੀ ਗਈ ਆ ਇਕੱਲੀ ਕੈਨੇਡਾ 'ਚ ਨਹੀਂ, ਹੋਰ ਬੜੀਆਂ ਕੰਟਰੀਜ਼ ਦੇ ਵਿੱਚ ਹੈਗੀ, ਉਹਦਾ ਬੇਸਿਕ ਮੋਟਿਵ ਇਹ ਆ ਕਿ ਤੁਸੀਂ ਆਪਦੀ ਰਹਿਣ ਸਹਿਣ ਦਾ ਖਰਚਾ ਔਰ ਰੋਜ਼ ਦੀ ਜਿਹੜੀ ਜੇਬ ਖਰਚਾ ਉਹ ਕੱਢ ਸਕੋ। ਗਵਰਨਮੈਂਟ ਨੇ ਇਹ ਕਦੇ ਨਹੀਂ ਕਿਹਾ ਹੈਗਾ, ਨਾ ਉਹਨਾਂ ਨੇ ਇਹ ਕਾਨੂੰਨ ਇਸ ਤਰੀਕੇ ਨਾਲ ਬਣਾਇਆ ਵਾ ਕਿ ਤੁਸੀਂ ਆਪਦੀ ਪੜ੍ਹਾਈ ਦਾ ਖਰਚਾ ਹੀ ਕੱਢ ਸਕੋ, ਜਿਹੜਾ ਕਿ ਪੋਸੀਬਲ ਵੀ ਨਹੀਂ ਹੈਗਾ ਬਹੁਤ ਜਗ੍ਹਾ 'ਤੇ। ਮੈਂ ਹੁਣ ਕੈਨੇਡਾ ਜਾਂਦਾ, ਰੈਗੂਲਰਲੀ ਬੱਚਿਆਂ ਨੂੰ ਮਿਲਦਾ ਵਾਂ, ਬਹੁਤ ਇਹੋ ਜਿਹੇ ਬੱਚਿਆਂ ਨੂੰ ਮਿਲਦਾ ਵਾਂ ਜਿਹੜੇ ਮੇਰੇ ਥਰੂ ਨਹੀਂ ਗਏ, ਮੈਂ ਸਭ ਬੱਚਿਆਂ ਨੂੰ ਬਹੁਤ ਚੰਗਾ ਗਾਈਡ ਕਰਕੇ ਭੇਜਦੇ ਹਾਂ, ਬਹੁਤ ਚੰਗੀ ਡਿਟੇਲਡ ਕਾਉਂਸਲਿੰਗ ਕਰਦੇ ਹਾਂ ਇਸ ਮਾਮਲੇ 'ਚ। ਬੱਚਿਆਂ ਦੇ ਮਨ 'ਚ ਕਈ ਵਾਰ ਮਾਂ ਬਾਪ ਵੱਲੋਂ ਵੀ ਪ੍ਰੈਸ਼ਰ ਹੁੰਦਾ ਵਾ, ਮੈਂ ਜਾਣਦਾ, ਮੈਂ ਤੁਸੀਂ ਕਿਹਾ ਵਾ ਬਹੁਤ ਸਾਰੇ ਮਾਂ ਬਾਪ ਇਹੋ ਜਿਹੇ ਜਿੱਥੇ ਜਿਹੜੇ ਆਪਣੇ ਰਿਸੋਰਸਿਸ ਨੂੰ ਐਗਜ਼ੌਸਟ ਕਰਕੇ ਭੇਜਦੇ ਨੇ ਬੱਚਿਆਂ ਨੂੰ, ਆਪਣੇ ਜੱਟ ਜ਼ਿਮੀਦਾਰ ਹੈਗੇ ਪਿੰਡਾਂ ਜਿਹੜੇ ਆਪਦੇ ਕੀਲੇ ਵੇਚ ਕੇ ਭੇਜਦੇ ਨੇ ਬੱਚਿਆਂ ਨੂੰ, ਉਹਨਾਂ ਕੋਲ ਇੰਨੇ ਰਿਸੋਰਸਿਸ ਨਹੀਂ ਹੁੰਦੇ ਕਿ ਬੱਚਿਆਂ ਦੀ ਅਗਲੀ ਫਰਦਰ ਫੀਸ ਪੇ ਕਰ ਸਕਣ, ਇੱਕ ਸਾਲ ਦੀ ਫੀਸ ਹੀ ਬੜੀ ਮੁਸ਼ਕਲ ਨਾਲ ਜਟਾਉਂਦੇ ਨੇ। ਪਰ ਇੱਥੇ ਮਿਸਗਾਈਡੈਂਸ ਬਹੁਤ ਜ਼ਿਆਦਾ ਹੈਗੀ ਆ। ਇੱਕ ਗੱਲ ਯਾਦ ਰੱਖੋ, ਬੱਚਾ ਕੋਈ ਵੀ ਬੱਚਾ ਇੰਨੀ ਕਮਾਈ ਨਹੀਂ ਕਰ ਸਕਦਾ ਕੈਨੇਡਾ ਦੇ ਵਿੱਚ, ਇਕੱਲਾ ਕੈਨੇਡਾ ਨਹੀਂ, ਈਵਨ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿੱਚ ਵੀ, ਕਿ ਉਹ ਆਪਦੀਆਂ ਫੀਸਾਂ ਕੱਢ ਸਕੇ। ਅਗਰ ਉਹ ਕਮਾਈ, ਕਿਉਂਕਿ 20 ਘੰਟੇ ਮਿਲਦੇ ਨੇ ਉਹਨੂੰ, ਹੁਣ ਉਹਨੇ ਪੜ੍ਹਾਈ ਵੀ ਕਰਨੀ ਆ, ਪੜ੍ਹਾਈ ਵੀ ਐਟਲੀਸਟ 20 ਘੰਟੇ ਦੀ ਹੁੰਦੀ ਆ, ਅਤੇ 40 ਘੰਟੇ ਕੋਈ ਆਸਾਨ ਕੰਮ ਨਹੀਂ ਹੈਗਾ ਇਹਦੇ ਵਿੱਚ, ਤਾਂ ਉਹ ਬੱਚੇ ਨੇ ਆਪਦੇ ਹੋਰ ਕੰਮ ਵੀ ਕਰਨੇ ਨੇ, ਔਰ ਘਰ ਵਾਪਸ ਆ ਕੇ ਉਹਨੇ ਜੋਬ ਲਈ ਵੀ ਤਿਆਰੀ ਕਰਨੀ ਆ, ਨਾਲ ਉਹਨੇ ਪੜ੍ਹਾਈ ਵੀ ਜਿਹੜੀ ਹੈਗੀ ਉੱਥੇ ਉਹਨਾਂ ਨੇ ਟੈਸਟਾਂ ਦੀ ਤਿਆਰੀ ਵੀ ਕਰਨੀ ਆ, ਰੈਗੂਲਰਲੀ ਆਪਦੀ ਅਸਾਈਨਮੈਂਟਸ ਦੀ ਤਿਆਰੀ ਵੀ ਕਰਨੀ ਆ। ਅਗਰ ਉਹ 20 ਘੰਟੇ ਤੋਂ ਵੱਧ ਕੰਮ ਕਰਦਾ, ਪਹਿਲੀ ਗੱਲ ਤਾਂ ਉਹ ਇਲੀਗਲ ਕੰਮ ਕਰ ਰਿਹਾ ਵਾ, ਕੱਲ੍ਹ ਉਹਦੇ 'ਚ ਉਹਨੂੰ ਟ੍ਰਬਲ ਆ ਸਕਦੀ ਆ। ਦੂਜੀ ਵੱਡੀ ਗੱਲ ਇਹ ਹੁੰਦੀ ਆ ਕਿ ਉਹਦੀ ਪੜ੍ਹਾਈ ਨਾਲ ਕੰਪਰੋਮਾਈਜ਼ ਕਰੂਗਾ। ਅਗਰ ਪੜ੍ਹਾਈ ਤੁਹਾਡੀ ਛੁੱਟ ਜਾਂਦੀ ਹੈ, ਤੁਸੀਂ ਪਾਸ ਨਹੀਂ ਹੁੰਦੇ ਹੈਗੇ, ਇਹਦੀਆਂ ਬੜੇ ਇਸ਼ੂਜ਼ ਨੇ, ਬੜੀ ਟ੍ਰਬਲ ਆ ਕੈਨੇਡਾ ਦੇ ਵਿੱਚ। ਬਹੁਤ ਬੱਚਿਆਂ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਹੁੰਦਾ ਵਾ, ਅਗਰ ਉਹ ਵੀ ਮਿਲ ਜਾਵੇ ਅੱਗੇ ਜਾ ਕੇ PR ਦੇ ਟਾਈਮ 'ਤੇ ਬਹੁਤ ਟ੍ਰਬਲ ਹੁੰਦੀ ਹੈ, ਬਹੁਤ ਇਸ਼ੂਜ਼ ਹੁੰਦੇ ਨੇ। ਬਹੁਤ ਸਾਰੀਆਂ ਚੀਜ਼ਾਂ ਤੁਹਾਡੀਆਂ ਜਿਹੜੇ ਵੀਜ਼ਾ ਆਫਿਸਰ ਨੇ ਲੱਭ ਲੈਂਦੇ ਨੇ, ਚਾਹੇ ਤੁਸੀਂ ਸੋਚਦੇ ਹੋ ਕਿ ਤੁਸੀਂ ਚਲਾਕੀ ਵਰਤੀ ਹੈ, ਪਰ ਉਹ ਲੱਭ ਲੈਂਦੇ ਨੇ। ਹਾਂ, ਇਹ ਜ਼ਰੂਰ ਹੈਗਾ ਕਿ ਬੱਚਾ ਅਗਰ ਥੋੜ੍ਹੀ ਉਹਦੀ ਕਿਸਮਤ ਥੋੜ੍ਹੀ ਜਿਹੀ, ਉਹ ਗਰਮੀ ਦੀਆਂ ਛੁੱਟੀਆਂ ਹੁੰਦੀਆਂ ਨੇ ਖਾਸ ਤੌਰ 'ਤੇ 4 ਮਹੀਨੇ ਦੀਆਂ ਕੈਨੇਡਾ ਦੇ ਵਿੱਚ ਜਾਂ ਡਿਸੰਬਰ ਦੇ ਵਿੱਚ ਛੁੱਟੀਆਂ ਹੁੰਦੀਆਂ ਨੇ, ਅਗਰ ਉਦੋਂ ਲੱਕਲੀ ਉਹਨੂੰ ਕੰਮ ਮਿਲ ਜਾਂਦਾ ਵਾ ਫੁੱਲ ਟਾਈਮ, ਉਦੋਂ ਕੰਮ ਕਰ ਸਕਦਾ ਉਹ ਲੀਗਲੀ, ਅਤੇ ਉਹ ਆਪਦਾ ਅੱਧਾ ਖਰਚਾ ਅਗਲੇ ਸਮੈਸਟਰ ਦਾ, ਇੱਕ ਸਮੈਸਟਰ ਦਾ ਜ਼ਰੂਰ ਕੱਢ ਸਕਦਾ ਵਾ, ਕੁਛ ਉਹ ਆਪਦੀ ਸੇਵਿੰਗ ਕਰ ਸਕਦਾ GIC ਦੇ ਵਿੱਚੋਂ। ਪਰ ਅਗਰ ਆਪਾਂ ਇਹ ਮੰਨ ਕੇ ਚੱਲੀਏ ਕਿ ਸਾਰੀ ਦੀ ਸਾਰੀ ਕਮਾਈ ਉਹ ਅਗਲੇ ਸਾਲ ਦੀ ਸਟੂਡੈਂਟ ਕੱਢ ਲਊਗਾ, ਦੈਟ ਇਜ਼ ਹਾਈਲੀ ਇੰਪੋਸੀਬਲ, ਬਹੁਤ ਮੁਸ਼ਕਲ ਹੁੰਦਾ ਵਾ। ਵੈਰਿੰਗ ਵੈਰੀ ਫਿਊ ਸਟੂਡੈਂਟਸ ਜਿਹੜੇ ਇੰਨੀ ਕਮਾਈ ਕਰ ਲੈਂਦੇ ਨੇ, ਪਰ ਉਹ ਕਿਤੇ ਨਾ ਕਿਤੇ ਕੰਪਰੋਮਾਈਜ਼ ਕਰਦੇ ਨੇ ਪੜ੍ਹਾਈ ਦੇ ਨਾਲ, ਅਤੇ ਬਹੁਤ ਸਾਰੇ ਬੱਚਿਆਂ ਦੀ ਪੜ੍ਹਾਈ ਛੱਡ ਵੀ ਦਿੰਦੇ ਨੇ। ਉੱਦਾਂ ਪਾਰਟ ਟਾਈਮ ਜੋਬਸ ਬਹੁਤ ਅਵੇਲੇਬਲ ਨੇ, ਬਹੁਤ ਸਾਰੇ ਬੱਚੇ ਇਹ ਵੀ ਕਹਿੰਦੇ ਨੇ ਕਿ ਪਾਰਟ ਟਾਈਮ ਜੋਬ ਸਾਨੂੰ ਨਹੀਂ ਮਿਲਦੀ ਹੈਗੀ, ਇਨੀਸ਼ਲੀ ਜਾ ਕੇ ਤੁਹਾਨੂੰ ਮਹੀਨਾ, 2 ਮਹੀਨੇ, 3 ਮਹੀਨੇ ਕਈ ਵਾਰ ਜੋਬਸ ਨਹੀਂ ਮਿਲਦੀਆਂ ਹੈਗੀਆਂ। ਸਾਡੇ ਬੱਚੇ ਕਈ ਵਾਰ ਬਹੁਤ ਜਲਦੀ ਔਰ ਬਹੁਤ ਕਾਹਲੀ ਕਰਦੇ ਨੇ, ਕਿਉਂਕਿ ਤੁਹਾਨੂੰ ਉਸ ਸਿਸਟਮ ਦੇ ਵਿੱਚ ਸੈੱਟ ਹੋਣਾ ਪੈਂਦਾ ਵਾ। ਲੈਂਗੁਏਜ ਅਬਿਲਿਟੀਜ਼ ਤੁਹਾਨੂੰ ਥੋੜ੍ਹੀਆਂ ਜਿਹੀਆਂ ਬੈਟਰ ਚਾਹੀਦੀਆਂ ਹੁੰਦੀਆਂ ਨੇ, ਖਾਸ ਤੌਰ 'ਤੇ ਅਗਰ ਤੁਸੀਂ ਆਪਣੀ ਕਮਿਊਨਿਟੀ ਤੋਂ ਬਾਹਰ ਜਾ ਕੇ ਜੋਬਸ ਦੇਖਦੇ ਹੋ। ਅਗਰ ਤੁਸੀਂ ਕਿਸੇ ਕੈਨੇਡੀਅਨ ਸਟੋਰ ਦੇ ਵਿੱਚ ਜਾਂ ਕੈਨੇਡੀਅਨ ਇੰਪਲੋਇਰ ਦੇ ਨਾਲ ਜੋਬ ਦੇਖਦੇ ਹੋ, ਤੁਹਾਨੂੰ ਲੈਂਗੁਏਜ ਅਬਿਲਿਟੀ ਥੋੜ੍ਹੀਆਂ ਚੰਗੀਆਂ ਚਾਹੀਦੀਆਂ ਨੇ। ਬੱਚਿਆਂ ਨੂੰ ਜੋਬ ਲੱਭਣੀ ਵੀ ਨਹੀਂ ਆਉਂਦੀ ਹੁੰਦੀ, ਸਮਟਾਈਮ ਜੋਬ ਲੱਭਣਾ ਵੀ ਇੱਕ ਬਹੁਤ ਵੱਡਾ ਕੰਮ ਹੈਗਾ ਉੱਥੇ, ਅਤੇ ਇਹ ਇਸ਼ੂ ਜ਼ਰੂਰ ਆਉਂਦੇ ਨੇ। ਅਦਰਵਾਈਜ਼ ਸਾਡੇ ਕੋਲ ਜਿਹੜੇ ਸਾਡੇ ਬੱਚੇ ਨੇ ਤਾਂ ਬੜੇ ਛੋਟੀ ਛੋਟੀ ਜਗ੍ਹਾ 'ਤੇ ਵੀ ਜੋਬਸ ਉਹਨਾਂ ਮਿਲ ਜਾਂਦੀਆਂ ਨੇ। ਹਾਂ, ਕਈ ਵਾਰ ਰੈਗੂਲਰ ਤੁਹਾਨੂੰ ਨਹੀਂ ਮਿਲਦੀਆਂ, ਘੱਟ ਟਾਈਮ ਲਈ ਮਿਲ ਜਾਂਦੀਆਂ ਨੇ, ਪਰ ਜੋਬਸ ਜ਼ਰੂਰ ਤੁਹਾਨੂੂੰ ਖਾਸ ਤੌਰ 'ਤੇ 7-8 ਮਹੀਨੇ ਤੋਂ ਜੋਬਸ ਦੀਆਂ ਆਪਸ਼ਨ ਕੈਨੇਡਾ ਦੇ ਵਿੱਚ ਆਮ ਤੌਰ 'ਤੇ ਅਵੇਲੇਬਲ ਹੁੰਦੀਆਂ ਨੇ, ਆਮ ਤੌਰ 'ਤੇ ਅਵੇਲੇਬਲ ਹੁੰਦੀਆਂ ਨੇ। ਔਰ ਵਿਦਿਆਰਥੀਆਂ ਦੀ ਨੌਕਰੀ ਨਾਲ ਸੰਬੰਧਿਤ, ਪਾਰਟ ਟਾਈਮ ਨੌਕਰੀ ਨਾਲ ਸੰਬੰਧਿਤ ਕਾਨੂੰਨ ਨੇ ਜਿਹੜੇ, ਅਗਰ ਵਿਦਿਆਰਥੀ ਜ਼ਿਆਦਾ ਘੰਟੇ ਕੰਮ ਕਰ ਜਾਣ ਤੇ ਉਹ ਕਾਨੂੰਨ ਵਿਦਿਆਰਥੀ ਨੂੰ ਕੀ ਦਿੱਕਤ ਦਿੰਦੇ ਨੇ ਜਾਂ ਆਸਾਨੀ ਨਾਲ ਵਿਦਿਆਰਥੀ ਨਿਕਲ ਸਕਦੇ? ਬਹੁਤ ਰਿਸਕੀ, ਆਸਾਨੀ ਨਾਲ ਨਿਕਲ ਸਕਦੇ। ਤੁਸੀਂ ਇੱਕ ਵੀ ਕਾਨੂੰਨ ਤੋੜ ਦਿੱਤਾ ਔਰ ਡਾਕੂਮੈਂਟ ਹੋ ਗਿਆ ਕਾਨੂੰਨ ਤੁਹਾਡਾ, ਬਹੁਤ ਵੱਡੀ ਮੁਸੀਬਤ ਆ ਤੁਹਾਡੇ ਲਈ। ਜੋ ਮਰਜ਼ੀ ਕਹਿਣ, ਬੜੇ ਬੜੇ ਬੱਚੇ ਵੀ ਤੁਹਾਨੂੰ ਕਹਿਣਗੇ ਨਹੀਂ, ਜਿੱਥੇ ਕੋਈ ਨਹੀਂ ਪੁੱਛਦਾ, ਇੰਪਲੋਇਰ ਵੀ ਤੁਹਾਨੂੰ ਸਮ ਟਾਈਮ ਕਹੂਗਾ। ਇੰਪਲੋਇਰ ਦਾ ਆਪਦਾ ਲਾਲਚ ਹੁੰਦਾ ਵਾ, ਦੇਖੋ ਇੰਪਲੋਇਰ ਚਾਹੁੰਦਾ ਵਾ ਕਿ ਜਿਹੜਾ ਉਹਦੇ ਕੋਲ ਬੰਦਾ ਆਇਆ ਵਾ ਉਹਨੂੰ ਇੱਕ ਦੀ ਬਜਾਏ 2 ਬੰਦੇ ਜਾਂ 3 ਬੰਦੇ ਨਾਲ ਰੱਖਣੇ ਪੈਣ, ਇੱਕ ਬੰਦੇ ਨਾਲ ਕੰਮ ਚੱਲ ਜਾਵੇ ਉਹਦਾ। ਅਤੇ ਇਹਨਾਂ ਭੁਲੇਖਿਆਂ 'ਚ ਕਦੇ ਨਾ ਆਇਓ ਤੁਸੀਂ, ਅਸੀਂ ਤਾਂ ਆਪਣੇ ਬੱਚਿਆਂ ਨੂੰ ਬਹੁਤ ਡਿਟੇਲਡ ਇਨਫੋਰਮੇਸ਼ਨ ਦੇ ਕੇ ਭੇਜਦੇ ਹਾਂ ਔਰ ਰੈਗੂਲਰਲੀ ਇਨ ਟੱਚ ਵੀ ਰਹਿੰਦੇ ਉਹਨਾਂ ਨਾਲ। ਤੁਸੀਂ ਕੋਈ ਵੀ ਇਹੋ ਜਿਹਾ ਕੰਮ ਨਹੀਂ ਕਰਨਾ ਜਿੱਥੇ ਤੁਹਾਨੂੰ ਜੋ ਉਹਨਾਂ ਨੇ ਸਪੈਸੀਫਾਈ ਕੀਤਾ ਹੋਇਆ 20 ਘੰਟੇ ਤੋਂ ਜ਼ਿਆਦਾ ਕੰਮ ਕਰਦੇ ਹੋ, ਯੂ ਕੈਨ ਆਲਵੇਜ਼ ਲੈਂਡ ਇਨ ਟ੍ਰਬਲ, ਔਰ ਬਾਅਦ 'ਚ ਵੀ ਤੁਹਾਨੂੰ PR ਦੇ ਟਾਈਮ 'ਤੇ ਬਹੁਤ ਟ੍ਰਬਲ ਆ ਸਕਦੀ ਆ। ਬਹੁਤ ਬੱਚਿਆਂ ਨੂੰ ਆਉਂਦੀ ਵੀ ਹੈ, ਇਸ ਗੱਲ ਦਾ ਬਹੁਤ ਖਾਸ ਖਿਆਲ ਰੱਖਿਆ ਜਾਵੇ। ਬਿਲਕੁਲ ਗਿੱਲ ਸਾਹਿਬ, ਤੁਹਾਡਾ ਤਜਰਬਾ ਕੀ ਕਹਿੰਦਾ? ਵਿਦਿਆਰਥੀ ਜਿਹੜੇ ਸਾਡੇ ਉੱਥੇ ਪਾਰਟ ਟਾਈਮ ਕੰਮ ਕਰਦੇ ਨੇ ਅਤੇ ਜਿਹੜੀ ਕਮਾਈ ਹੈ, ਜੇ ਆਪਾਂ ਛੋਟਾ ਜਿਹਾ ਕੰਪੈਰੀਜ਼ਨ ਵੀ ਕਰ ਲਈਏ, ਜਿਵੇਂ ਤੁਸੀਂ ਕਿਹਾ ਕਿ ਆਉਣ ਵਾਲੇ ਸਮੇਂ 'ਚ ਨੌਕਰੀਆਂ ਬਹੁਤ ਹੈ, ਕਿਉਂਕਿ ਵਿਦਿਆਰਥੀਆਂ 'ਚ ਇਹ ਦੁਵਿਧਾ ਵਾਲੀ ਸਥਿਤੀ ਹੈ ਕਿ ਉਹ ਆਸਟ੍ਰੇਲੀਆ ਜਾਣ ਜਾਂ ਕੈਨੇਡਾ ਜਾਣ। ਹੁਣ ਇੱਥੇ ਅਖੀਰ 'ਚ ਛੋਟਾ ਜਿਹਾ ਜੇ ਕੰਪੈਰੀਜ਼ਨ ਵੀ ਤੁਸੀਂ ਮੈਨੂੰ ਨਾਲ ਦੇ। ਬਹੁਤ ਬਹੁਤ ਵਧੀਆ ਕੁਸ਼ਚਨ ਪੁੱਛਿਆ ਤੁਸੀਂ ਜੀ।
ਆਮ ਮਾਂ ਬਾਪ ਨੂੰ ਭੁਲੇਖਾ ਪਾ ਕੇ ਸਾਡਾ ਬੱਚਾ ਜਿਹੜਾ ਇੱਥੋਂ ਗਿਆ ਵਾ ਉਹ ਇੱਕ ਜਾਂ ਦੋ ਦਿਨ 'ਚ ਹੀ ਚੇਂਜ ਹੋ ਜੂਗਾ, ਇਹ ਹਫ਼ਤੇ 'ਚ ਬਦਲ ਜਾਊਗਾ। ਬੱਚੇ ਲਈ ਸਮਟਾਈਮਸ ਕੰਮ ਲੱਭਣਾ ਵੀ ਇੱਕ ਬਹੁਤ ਵੱਡੀ ਜਿਹਾ ਦੱਸਿਆ ਰਿਸਪੋਂਸੀਬਿਲਿਟੀ ਆ, ਉਹਨੂੰ ਨਹੀਂ ਪਤਾ ਹੁੰਦਾ ਕੰਮ ਕਿੱਦਾਂ ਲੱਭਣਾ ਵਾ, ਫਿਰ ਕੰਮ ਲੱਭ ਕੇ ਉਹਨੂੰ ਕੰਮ ਕਰਨਾ ਨਹੀਂ ਆਉਂਦਾ, ਬਹੁਤ ਵਾਰ ਕੰਮ 'ਤੇ ਉਹ ਟਿਕ ਨਹੀਂ ਪਾਉਂਦਾ ਹੈਗਾ, ਕਿਉਂਕਿ ਕੰਮ ਆਮ ਤੌਰ 'ਤੇ ਫਿਜ਼ੀਕਲ ਕੰਮ ਹੁੰਦਾ ਵਾ, ਟਾਇਰਿੰਗ ਹੁੰਦਾ ਵਾ, ਅਤੇ ਇਹ ਚੀਜ਼ਾਂ ਤੁਹਾਨੂੰ ਪਹਿਲਾਂ ਹੀ ਗਾਈਡ ਕਰਕੇ ਦੱਸਣੀਆਂ ਪੈਣੀਆਂ ਬੱਚੇ ਨੂੰ। ਦੂਜੀ ਗੱਲ ਰਹੀ ਕੰਪੈਰੀਜ਼ਨ ਦੀ, ਕੈਨੇਡਾ 'ਚ ਅਲੱਗ ਅਲੱਗ ਸਟੇਟਾਂ ਵਿੱਚ ਅਲੱਗ ਅਲੱਗ ਉਹਨਾਂ ਕੋਲ ਵੇਜਿਸ ਹੈਗੀਆਂ, ਜਿਹੜੀ ਮਿਨੀਮਮ ਵੇਜਿਸ ਨੇ, ਐਵਰੇਜ ਜਿਹੜੀ ਵੇਜ ਹੈਗੀ ਆ ਕੈਨੇਡਾ 'ਚ 12-12.5 ਡਾਲਰ ਜਿਹੜੀ ਇੱਕ ਸਟੂਡੈਂਟ ਨੂੰ ਮਿਲਦੀ ਆ। ਆਸਟ੍ਰੇਲੀਆ 'ਚ ਗੱਲ ਕਰਾਂ ਤਾਂ ਇਹ 17-18 ਦੀ ਰੇਂਜ ਦੇ ਵਿੱਚ ਮਿਲਦੀ ਆ। ਹੁਣ ਇੱਥੇ ਇੱਕ ਬਹੁਤ ਵੱਡਾ ਜਿਹੜਾ ਭੁਲੇਖਾ ਕੰਸਲਟੈਂਟ ਆਮ ਤੌਰ 'ਤੇ ਪਾਉਂਦੇ ਨੇ ਬੱਚਿਆਂ ਨੂੰ, ਉਹ ਕਹਿੰਦੇ ਵੀ ਤੁਸੀਂ ਸਿਰਫ ਕਮਾਈ ਦੇਖ ਕੇ ਹੀ ਇਸ ਕੰਟਰੀ ਚਲੇ ਜਾਓ, ਜਿੱਦਾਂ ਆਸਟ੍ਰੇਲੀਆ ਵਿੱਚ ਕੋਈ $18 ਮਿਲਦੇ ਨੇ ਜੀ, ਉੱਥੇ ਕਮਾਈ ਜ਼ਿਆਦੀ ਆ, ਨਹੀਂ। ਆਸਟ੍ਰੇਲੀਆ ਵਿੱਚ ਵੀ ਤੁਸੀਂ ਫੋਰਟਨਾਈਟਲੀ 40 ਘੰਟੇ ਕੰਮ ਕਰ ਸਕਦੇ ਹੋ, ਉਹੀ ਹਫ਼ਤੇ ਦੇ ਵਿੱਚ ਅਪਰੋਕਸੀਮੇਟਲੀ 20 ਘੰਟੇ। ਔਰ ਜੇ ਤੁਸੀਂ ਪੜ੍ਹਾਈ ਨਾ ਕੰਮ ਜ਼ਿਆਦਾ ਕਰਦੇ ਹੋ, ਪੜ੍ਹਾਈ ਨਾਲ ਕੰਪਰੋਮਾਈਜ਼ ਕਰਦੇ ਹੋ, ਹੁਣ ਜਿਹੜੀ ਤੁਹਾਡੀ ਆਮਦਨ ਦਾ ਗੈਪ ਹੈਗਾ $5-6 ਦਾ, ਉਨੀ ਹੀ ਮਹਿੰਗਾਈ ਆਸਟ੍ਰੇਲੀਆ ਵਿੱਚ ਜ਼ਿਆਦਾ ਆ। ਆਸਟ੍ਰੇਲੀਆ 'ਚ ਲਿਵਿੰਗ ਐਕਸਪੈਂਸਿਸ ਜ਼ਿਆਦਾ ਨੇ, ਆਸਟ੍ਰੇਲੀਆ ਵਿੱਚ ਜਿਹੜੀ ਤੁਹਾਡੀ ਡੇ ਟੂ ਡੇ ਕੋਸਟ ਆ ਉਹ ਜ਼ਿਆਦਾ ਆ, ਤੁਹਾਡੇ ਰੈਂਟ ਜ਼ਿਆਦਾ ਨੇ। ਮੈਂ ਹੁਣ ਯੂ ਐੱਸ ਏ ਦਾ ਵੀ ਕੰਪੈਰੀਜ਼ਨ ਕਰਨਾ, ਯੂ ਐੱਸ ਏ ਵਿੱਚ ਬਹੁਤ ਸਾਰੇ ਸਟੇਟਾਂ ਵਿੱਚ $8.5 ਹੀ ਆ, $9.5 ਹੀ ਆ ਤੁਹਾਡੇ ਮਿਨੀਮਮ ਵੇਜਿਸ, ਉਸ ਹਿਸਾਬ ਨਾਲ ਤਾਂ ਬਹੁਤ ਘੱਟ ਆ ਵਾ। ਇੱਥੇ 18 ਆਸਟ੍ਰੇਲੀਆ 'ਚ, 12.5 ਕੈਨੇਡਾ 'ਚ, ਔਰ 8.5-9 ਯੂ ਐੱਸ ਏ ਦੇ ਵਿੱਚ, ਪਰ ਤੁਹਾਡੇ ਲਿਵਿੰਗ ਐਕਸਪੈਂਸਿਸ ਉੱਥੇ ਹੋਰ ਵੀ ਘੱਟ ਨੇ। ਇਸ ਕਰਕੇ ਜਿਹੜੀ ਇਹ ਕੰਪੈਰੀਜ਼ਨ ਹੈ, ਬੜਾ ਵੇਗ, ਬੜਾ ਗਲਤ ਕੰਪੈਰੀਜ਼ਨ ਆ, ਬਹੁਤ ਮਿਸਗਾਈਡ ਕਰਕੇ ਤੁਹਾਨੂੰ ਭੇਜਿਆ ਜਾਂਦਾ ਵਾ। ਮੈਂ ਅੱਜ ਤੱਕ ਇਹੋ ਜਿਹਾ ਕਿਸੇ ਸਟੂਡੈਂਟ ਨੂੰ ਨਹੀਂ ਮਿਲਿਆ ਜਿਹੜਾ 5 ਸਾਲਾਂ ਬਾਅਦ, 7 ਸਾਲਾਂ ਬਾਅਦ, 8 ਸਾਲਾਂ ਬਾਅਦ, 10 ਸਾਲਾਂ ਬਾਅਦ ਉੱਥੇ ਪੱਕਾ ਨਾ ਹੋਇਆ ਔਰ ਵਾਪਸ ਆ ਗਿਆ ਹੋਵੇ ਔਰ ਉਹ ਕਰੋੜਪਤੀ ਬਣ ਗਿਆ ਹੋਵੇ। ਮੈਂ ਨਹੀਂ ਅੱਜ ਤੱਕ ਕਿਸੇ ਨੂੰ ਮਿਲਿਆ, ਬੜੇ ਸਟੂਡੈਂਟ ਇੱਦਾਂ ਦੇ ਆਸਟ੍ਰੇਲੀਆ ਤੋਂ ਵਾਪਸ ਆਏ ਨੇ। ਪੈਸੇ ਨਹੀਂ ਤੁਹਾਡੇ ਕਮਾਈ ਹੁੰਦੀ, ਤੁਹਾਡੀ ਲਿਵਿੰਗ ਜੋਗੀ, ਤੁਹਾਡੇ ਬੇਸਿਕ ਖਰਚਿਆਂ ਜੋਗੀ ਤੁਹਾਡੀ ਕਮਾਈ ਹੋ ਜਾਂਦੀ ਆ। ਹਾਂ, ਥੋੜ੍ਹੀ ਹਿੰਮਤ ਮਾਰ ਦਿਓ ਤਾਂ ਥੋੜ੍ਹੀ ਬਹੁਤੀ ਟਿਊਸ਼ਨ ਫੀਸ ਤੁਸੀਂ ਕੱਢ ਸਕਦੇ ਹੋ, ਪਰ ਤੁਸੀਂ ਅਮੀਰ ਨਹੀਂ ਹੁੰਦੇ ਹੈਗੇ, ਇਹ ਭੁਲੇਖਾ ਮਨ 'ਚੋਂ ਕੱਢ ਕੇ ਰੱਖੋ। ਅਸਲੀ ਕਮਾਈ ਤਦ ਹੀ ਕਰਦੇ ਹੋ ਜਦ ਤੁਸੀਂ ਉੱਥੇ, ਤੁਹਾਡੇ ਕੋਲ ਇੱਕ ਲੀਗਲ ਪਰਮਾਨੈਂਟ ਸਟੇਟਸ ਆ ਜਾਂਦਾ ਵਾ, ਤੁਸੀਂ PR ਹੋ ਜਾਂਦੇ ਹੋ। ਹੁਣ ਜਿਹੜੀ ਤੁਹਾਡੀ ਕਮਾਈ ਦਾ ਫਰਕ ਆ ਉਹ ਬਹੁਤ ਫਰਕ ਪੈ ਜਾਂਦਾ ਵਾ। ਔਰ ਜਿਹੜਾ ਇਹ ਕੰਪੈਰੀਜ਼ਨ ਆ, ਕਿਤੇ ਪੈਸੇ ਵੱਧ ਨੇ, ਕਿਤੇ ਘੱਟ ਨੇ, ਇਹਦਾ ਫਰਕ ਵੀ ਨਹੀਂ ਪੈਂਦਾ। UK 'ਚ ਕਈ ਜਗ੍ਹਾ 'ਤੇ ਹੋਰ ਵੀ ਤੁਹਾਡੇ ਜਿਹੜੇ ਵੇਜਿਸ ਨੇ ਮਿਨੀਮਮ ਉਹ ਇੱਥੋਂ ਨੂੰ ਵੀ ਘੱਟ ਨੇ, ਪਰ ਜਿੱਦਾਂ ਮੈਂ ਦੱਸਿਆ ਕਿ ਪਲੇਸ ਟੂ ਪਲੇਸ, ਜਿਵੇਂ ਵੈਂਕੂਵਰ ਹੁਣ ਜ਼ਿਆਦਾ ਮਹਿੰਗਾ ਵਾ, ਵੈਂਕੂਵਰ ਟੋਰਾਂਟੋ ਮਹਿੰਗੇ ਨੇ ਐਜ਼ ਕੰਪੇਅਰ ਟੂ ਮੋਂਟਰੀਅਲ, ਇਹਦੇ ਜਿਹੜੇ ਛੋਟੇ ਸ਼ਹਿਰ ਨੇ ਉਹ ਥੋੜ੍ਹੇ ਸਸਤੇ ਨੇ ਐਜ਼ ਕੰਪੇਅਰ ਟੂ ਦੋ ਵੱਡੀਆਂ ਸ਼ਹਿਰਾਂ ਨਾਲੋਂ। ਆਸਟ੍ਰੇਲੀਆ ਵਿੱਚ ਸਿਡਨੀ ਅਤੇ ਮੈਲਬਰਨ ਐਕਸਪੈਂਸਿਵ ਨੇ ਐਜ਼ ਕੰਪੇਅਰ ਟੂ ਅਦਰ ਪਾਰਟਸ ਆਫ ਆਸਟ੍ਰੇਲੀਆ। ਐਡੀਲੇਡ ਮਹਿੰਗਾ, ਆਕਲੈਂਡ ਮਹਿੰਗਾ ਹੈਗਾ ਨਿਊਜ਼ੀਲੈਂਡ ਦੇ ਵਿੱਚ ਐਜ਼ ਕੰਪੇਅਰ ਟੂ ਅਦਰ ਪਾਰਟਸ ਆਫ ਨਿਊਜ਼ੀਲੈਂਡ। ਅਤੇ ਜਿਹੜਾ ਇਹ ਕੰਪੈਰੀਜ਼ਨ ਆ, ਵੇਗ ਕੰਪੈਰੀਜ਼ਨ ਆ, ਹਾਂ ਸਟੂਡੈਂਟ ਨੂੰ ਜਿਹੜੀ ਬੇਸਿਕ ਕਮਾਈ ਹੁੰਦੀ ਆ ਉੱਥੇ ਉਹ ਇੰਨੀ ਕੀ ਹੁੰਦੀ ਆ ਕਿ ਜਿਹਦੇ ਨਾਲ ਆਪਦੀ ਰੋਟੀ ਪਾਣੀ ਜਾਂ ਆਪਦਾ ਰੈਂਟ ਆਸਾਨੀ ਨਾਲ ਕੱਢ ਸਕੇ। ਚਲੋ ਗਿੱਲ ਸਾਹਿਬ, ਬਹੁਤ ਬੇਸ਼ਕੀਮਤੀ ਜਾਣਕਾਰੀਆਂ ਦਿੱਤੀਆਂ ਨੇ, ਬਹੁਤ ਬਹੁਤ ਧੰਨਵਾਦ। ਔਰ ਗਿੱਲ ਸਾਹਿਬ ਦੇ ਵੈਬਸਾਈਟ ਬਾਰੇ, ਫੇਸਬੁੱਕ ਬਾਰੇ ਡਿਸਕ੍ਰਿਪਸ਼ਨ ਦੇ ਵਿੱਚ ਸਾਰੇ ਪਤੇ ਦਰਜ ਨੇ, ਗਿੱਲ ਸਾਹਿਬ ਦੇ ਨਾਲ ਸਿੱਧਾ ਸੰਪਰਕ ਬਣਾਓ। ਬਹੁਤ ਧੰਨਵਾਦ ਗਿੱਲ ਸਾਹਿਬ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ।